सारे मैं तो हाँ अपना लखी शील कह दो भाई देख सकते ले दियां पहाड़ियां ने जड़ियां दीदियां ने एरिया जो जमा खुश्क जहा एरिया पहाड़ जहा बस आह दरख्त इन्हों के ना कोई हरियाली होंगी बाली ना ना कोई इन्हें वधिया दरख्त ना इतने कुछ होंदा गा भी बंदा कोई खेती बत्ती वाली जगह की यह खेती बत्ती भी नहीं होंगी पहाड़ी एरिया सारा यह नैविगेशन की आवाज आनी है जी नैविगेशन चलाया हुआ फोन के नाल पता बाईपास है तो मैं अले जाना सी बाईपास है पहाड़ियों बेच दी सारी ट्रैफिक कट हो जाती है ये जी ट्रैफिक पैनी नहीं होंगी कट हो जाती है सारी फिर सारा सिंगल जा रूट है जड़ा आया मैं Use the right lane to take the I-15 ramp. Continue on I-15 for 7 miles. बाकी गाह दिखाने थोनू है ना
ਜਾਗ ਰਿਹਾ ਦਰੋਂ ਤੋਂ ਪੂਰੇ ਵਧੀਆ ਲੱਗ ਰਿਹਾ ਲਾਏ ਹੋਏ ਵੀ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਤੇ ਟਰੱਕ ਉਹ ਲਾਲ ਜਿਹਾ ਖੜਾ ਪਰਾਂ ਡੌਗ ਤੇ ਲਾਤਾ ਇੱਕ ਹੁਣ ਦਿਖਾਉਣਾ ਸਾਨੂੰ ਇੱਥੋਂ ਬਾਹਰ ਦਾ ਮਾਹੌਲ UPS ਵਾਲਾ ਇਹ ਡਿਲੀਵਰੀ ਕਰਨ ਆਇਆ ਹੁਣ ਉਹ ਫਿਡੈਕਸ ਵਾਲੇ ਖੜੇ ਨੇ ਪਰਾਂ ਦੇਖ ਲਓ ਜਿੱਦਾਂ ਟਰੱਕ ਵੀ ਲੋਡ ਚੱਕਣ ਆਉਂਦੇ ਆ ਲੋਕੇਸ਼ਨ ਆਈ ਨਹੀਂ ਹੈਗਾ ਵੀ ਮਾੜੀਆਂ ਹੁੰਦੀਆਂ ਕੋਈ ਟਾਂਵੀ ਟੱਲੀਆਂ ਹੁੰਦੀਆਂ ਵੀ ਨੇ ਮਾੜੀਆਂ ਜਿੱਦਾਂ ਲੱਕੜ ਲੁੱਕੜ ਚੱਕਣ ਜਾਂਦੇ ਆ ਜਾਂ ਕੋਈ ਹੋਰ ਕੋਈ ਉੱਦਾਂ ਦਾ ਨਾ ਸਮਾਨ ਆ ਦੇਖੋ ਉੱਪਰਾਂ ਪਹਾੜੀ ਘਾਹ ਘੂ ਲੱਗਾ ਜਾਂਦਾ ਟੈਸਲਾ ਦੱਬੀ ਕੋਈ ਉਹ ਖੜਾ ਕੋਈ ਮੇਰੇ ਵਰਗਾ ਬਾਹਰ ਲਾਈ ਜਿਹਨੇ 10 ਘੰਟੇ ਸੌਣਾ ਹੋਣਾ ਇਹਨੇ ਜਿਵੇਂ ਹੁੰਦਾ ਜਿਵੇਂ ਹੁਣ ਮੈਂ ਲੋਡ ਚੱਕ ਲਿਆ ਇਹ ਤੋਂ ਬਾਅਦ ਲੋਡ ਚੱਕ ਕੇ ਚਾਹੇ ਮੈਂ ਇੱਥੇ ਹਟ ਜਾ ਮੈਂ ਉਹ ਟਰੱਕ ਖੜਾ ਇਹ ਤੋਂ ਬਾਅਦ ਚਾਹੇ ਮੈਂ ਇੱਥੇ ਖੜ ਜਾ ਸਟਰੀਟ 'ਤੇ ਇਹਦੀ ਖੜ ਜਾ ਚਾਹੇ ਲਾਗੇ ਲਾਉਣੇ ਕਿਤੇ ਹੋਰ ਜਾ ਕੇ ਖੜ ਜਾ ਹੁਣ ਟਰੱਕ ਸਟੋਪਾਂ 'ਤੇ ਤਾਂ ਜਗ੍ਹਾ ਨਹੀਂ ਹੁੰਦੀ ਰਾਤ ਨੂੰ ਆ ਬੀਅਰ ਹਾਊਸ ਜਿੱਥੇ ਆਪਾਂ ਚੱਕਣਾ ਏ ਆ ਤੁਸੀਂ ਦੇਖ ਲਓ ਕਿੰਨੀ ਵਧੀਆ ਜਗ੍ਹਾ ਫਿਰ ਵੀ ਅਸੀਂ ਤੁਰਨ ਨੂੰ ਤਾਂ ਹਰੇਕ ਥਾਵੇਂ ਬਣਾਇਆ ਹੀ ਹੋਇਆ ਇੱਦਾਂ ਜਿੱਥੇ ਵੀ ਘਰ ਨੇ ਜਾਂ ਵੇਅਰ ਹਾਊਸ ਨੇ ਵੱਡਾ ਉੱਚ ਖੜੀ ਇੱਧਰ ਤੁਰਨ ਵਾਸਤੇ ਤਾਂ ਸਾਈਡ ਵਾਕ ਬਣਿਆ ਹੀ ਹੋਇਆ ਹਰੇਕ ਜਗ੍ਹਾ 'ਤੇ ਨਹੀਂ ਤਾਂ ਇੱਥੇ ਇਲੇ ਜਾਂ ਆਉਂਦੇ ਹੁੰਦੇ ਸ਼ਾਮ ਨੂੰ ਆਉਂਦੇ ਹੁੰਦੇ ਆ ਜ਼ਿਆਦਾਤਰ 7-8 ਵਜੇ ਅੱਜ ਤਾਂ 5 ਕੀ ਵੱਜਿਆ 2-3 ਘੰਟੇ ਨਹੀਂ ਤਾਂ ਲੇਟ ਆਉਂਦੇ ਹੁੰਦੇ ਅੱਜ ਮੈਂ ਡਿਲੀਵਰੀ ਕਰਨੀ ਸੀ ਰਾਹ 'ਚ ਕਿਤੇ ਉੱਧਰ ਡਿਲੀਵਰੀ ਕਰਕੇ ਸਿੱਧਾ ਇੱਥੇ ਆ ਗਿਆ ਚੱਕਣ ਵਾਲੀ ਲੋਕੇਸ਼ਨ 'ਤੇ ਆਹ ਭਾਈ ਦੇਖ ਲਓ ਦਰਖਤ ਇਹ ਹਰੇਕ ਥਾਂ ਇਹਨਾਂ ਨੇ ਪੂਰੇ ਦਰਖਤ ਲਾਏ ਹੋਏ ਨੇਗੇ ਕਿਤੇ ਵੀ ਆ ਦੇਖ ਲਓ ਇੰਨਾ ਕੁ ਦਿਖਾਉਣਾ ਸੀ ਉਹਨੂੰ ਵੀ ਜਿੱਥੇ ਆਪਾਂ ਚੱਕਣ ਆਏ ਹਾਂ ਲੋੜ ਜਿੱਥੇ ਲੋੜ ਲੂੜ ਚੱਕਣ ਜਾਂਦੇ ਆ ਉਹ ਲੋਕੇਸ਼ਨਾਂ ਕਿੱਦਾਂ ਦੀਆਂ ਹੁੰਦੀਆਂ ਨੇ ਇਲੇ 'ਚ ਤਾਂ ਇਹੋ ਜਿਹੀਆਂ ਲੋਕੇਸ਼ਨਾਂ ਹੁੰਦੀਆਂ ਮੈਂ ਆਹ ਦਿਖਾਇਆ ਗਾ ਹੋਰ ਵੀ ਥਾਵਾਂ 'ਤੇ ਕੋਈ ਕੋਈ ਟਾਂਵੀ ਟੱਲੀ ਜਿਹੜੀ ਪੁਰਾਣੀ ਜਗ੍ਹਾ 'ਤੇ ਬਣੀ ਹੋਈ ਆ ਪਹਿਲਾਂ ਦੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਉਹ ਲੋਕੇਸ਼ਨਾਂ ਨਹੀਂ ਕਈ ਵੀਰ ਵਧੀਆ ਹੁੰਦੀਆਂ ਜਾਂ ਖੁੱਲ੍ਹੀਆਂ ਨਹੀਂ ਜ਼ਿਆਦਾ ਹੁੰਦੀਆਂ ਜਗ੍ਹਾ ਘੱਟ ਹੁੰਦੀ ਉੱਥੇ ਤੰਗ ਹੁੰਦੀ ਆ ਨਹੀਂ ਤਾਂ ਵਧੀਆ ਬਾਕੀ ਭਾਈ ਸਬਸਕ੍ਰਾਈਬ ਕਰਿਓ ਹੈ ਨਾ
ਜਿਹੜੇ ਵੀ ਵੀਰ ਦੇਖਣਗੇ ਵੀਡੀਓ ਜੇ ਵਧੀਆ ਲੱਗੀ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ 'ਤੇ ਦੇਖੋਗੇ ਲਾਈਕ 'ਤੇ ਫੋਲੋ ਕਰਿਓ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਜੀ।